ਸਰ ਮੇਰਾ ਬਹੁਤ ਵੱਡਾ ਸੁਪਨਾ, ਬਸ ਮੇਰੇ ਦਿਲ ਦੀ ਇੱਛਾ ਕਿ ਮੈਂ ਆਪਦੀ ਬੱਚੀ ਨੂੰ IAS ਜਾਂ IPS ਬਣਨਾ ਦੇਖਣਾ ਚਾਹੁੰਦਾ ਜੀ। ਚਾਹ ਬਣਾ ਕੇ ਜੀ, ਦਿਹਾੜੀਆਂ ਵੀ ਕੀਤੀਆਂ, ਸਾਈਕਲ ਤੇ ਜਾ ਜਾ ਕੇ ਫੇਰੀਆਂ ਵੀ ਲਾਈਆਂ ਸਰ। ਬਹੁਤ ਜ਼ਿਆਦਾ ਇਹ ਬੱਚੀ ਨੇ ਸਾਡਾ ਮਨ ਵਧਾਇਆ ਜੀ, ਕਦੀ ਸੁਪਨੇ 'ਚ ਨਹੀਂ ਸੋਚੀ ਸੀ ਇਹ ਗੱਲ ਜਿਹੜੀ ਇਹਨੇ ਹਕੀਕਤ ਕਰਕੇ ਦਿਖਾਤੀ ਸਾਨੂੰ ਸਰ। ਮੈਂ ਸੈਲਫ ਸਟੱਡੀ ਕੀਤੀ ਹੈ ਹਮੇਸ਼ਾ ਤੋਂ ਹੀ, ਖੁਦ ਹੀ ਪੜ੍ਹਿਆ ਹੈਗਾ ਘਰੀ। ਮਾਂ ਪਿਓ ਦੇ ਨਾਂ ਦਾ ਨਹੀਂ ਉਹਨਾਂ ਨੂੰ ਪਤਾ ਗਾ, ਉਹ ਦਰਸ਼ੀ ਦੀ ਪੋਤਰੀ, ਦਰਸ਼ੀ ਦੀ ਪੋਤਰੀ ਹੈ ਕਹਿ ਕੇ ਪੁੱਛ ਰਹੇ ਹੈਗੇ ਆ ਕੇ। ਮੈਂ ਇਸਨੂੰ ਕੋਈ ਨਾ ਕੋਈ ਕਰਾਊਂਗਾ ਜੀ, ਜਿੰਨੀ ਤੱਕ ਮਾਂ ਪਿਓ ਦੀ ਇੰਨੀ ਹਿੰਮਤ ਹੈ, ਪ੍ਰਾਣ ਉਦੋਂ ਅੱਗੇ ਮੈਂ ਕਰੂੰਗਾ ਜੀ। ਅਸੀਂ ਗਰੀਬੀ ਦੇਖੀ, ਸਾਡੇ ਬੱਚੇ ਗਰੀਬੀ ਨਾ ਦੇਖੇ। ਸਰ ਮੇਰਾ ਨਾਮ ਧਰਮਪਾਲ ਜੀ। ਧਰਮਪਾਲ ਜੀ, ਕਿਸੀ ਮਹਿਸੂਸ ਕਰ ਰਹੇ ਹੋ ਤੁਹਾਡੀ ਬੇਟੀ ਦਾ ਐਡਾ ਬੜਾ ਮਾਨ ਹਾਸਲ ਕੀਤਾ? ਸਰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਰ, ਸਾਡਾ ਬਹੁਤ ਜ਼ਿਆਦਾ ਇਹ ਬੱਚੀ ਨੇ ਸਾਡਾ ਮਨ ਵਧਾਇਆ ਜੀ, ਕਦੀ ਸੁਪਨੇ 'ਚ ਨਹੀਂ ਸੋਚੀ ਸੀ ਇਹ ਗੱਲ ਜਿਹੜੀ ਇਹਨੇ ਹਕੀਕਤ ਕਰਕੇ ਦਿਖਾਤੀ ਸਾਨੂੰ ਸਰ, ਸਾਡੇ ਲਈ ਬਹੁਤ ਫਖਰ ਵਾਲੀ ਗੱਲ ਹੈ ਜੀ। ਪੜ੍ਹਾਈ ਕਿਸ ਤਰ੍ਹਾਂ ਕਰਵਾਈ? ਪੜ੍ਹਾਈ ਸਰ ਅਸੀਂ ਬੱਚਿਆਂ ਨੂੰ ਬਸ ਇਹੀ ਕਹਿੰਦੇ ਸਰ, ਆਪਦਾ ਅਸੀਂ ਕਹਿੰਦੇ ਸੀ ਕਿ ਅਸੀਂ ਬੇਟਾ ਅੱਧੀ ਰੋਟੀ ਨਾਲ ਵੀ ਸਾਰ ਲਾਂਗੇ, ਪਰ ਲੇਕਿਨ ਤੁਸੀਂ ਆਪਦੇ ਪੜ੍ਹਾਈ ਨਾਲ ਕੋਈ ਸਮਝੌਤਾ ਨਹੀਂ ਕਰਨਾ, ਬਸ ਆਪਦਾ ਪੜ੍ਹਾਈ ਨੂੰ ਤੁਸੀਂ ਪੂਰਾ ਟਾਰਗੇਟ ਲੈ ਕੇ ਕਰਨਾ ਵਾ, ਵੀ ਸਾਨੂੰ ਜ਼ਿੰਦਗੀ 'ਚ ਕੁਛ ਬਣ ਕੇ ਦਿਖਾਉਣਾ ਸਾਨੂੰ, ਸਾਡਾ ਮਕਸਦ ਇਹੀ ਹੈ ਜੀ। ਅਸੀਂ ਚਾਹੁੰਦੇ ਕਿ ਸਾਡੀ ਬੱਚੀ ਕੁਛ ਬਣੇ, ਬਸ ਅਸੀਂ ਗਰੀਬੀ ਦੇਖੀ, ਸਾਡੇ ਬੱਚੇ ਗਰੀਬੀ ਨਾ ਦੇਖਣ। ਪਤਾ ਲੱਗਾ ਬੱਚੀ ਟਿਊਸ਼ਨ ਵੀ ਨਹੀਂ ਦਿਖਾਈ ਸੀ ਤੁਸੀਂ? ਨਹੀਂ ਸਰ, ਕੋਈ ਟਿਊਸ਼ਨ ਨਹੀਂ ਦਿਖਾਈ ਜੀ, ਬੱਚੀ ਕਹਿੰਦੀ ਮੈਂ ਪੜ੍ਹੂੰਗੀ, ਇਹਨੂੰ ਕੌਨਫੀਡੈਂਸ ਸੀਗਾ ਆਪਦੇ ਆਪ 'ਤੇ, ਪੂਰਾ ਮਾਨ ਸੀਗਾ ਵੀ ਮੈਂ ਪੜ੍ਹ ਲੂੰਗੀ ਪਾਪਾ, ਮੈਨੂੰ ਟਿਊਸ਼ਨ ਦੀ ਲੋੜ ਨਹੀਂ ਹੈ। ਬੱਚੇ ਤੁਹਾਡੇ? ਮੇਰੇ ਸਰ 3 ਬੱਚੇ ਹੈ ਜੀ, 2 ਬੇਟੀਆਂ 1 ਬੇਟਾ ਜੀ। ਦੂਜੀ ਬੇਟੀ ਦਾ ਵੀ ਕੋਈ? ਹਾਂਜੀ ਸਰ, ਹਾਂਜੀ ਹਾਂਜੀ ਸਰ, ਉਹਦੀ ਪੋਜੀਸ਼ਨ ਆਈ ਹੈ, 92% ਨੰਬਰ ਆਇਆ, ਅੱਜ ਰਿਜ਼ਲਟ ਆਇਆ ਸੁਬਹ ਉਹਨਾਂ ਦਾ ਮਾਰਨਿੰਗ। ਇੱਕ ਪਿਤਾ ਦਾ ਸੁਪਨਾ ਹੁੰਦਾ ਬੇਟੇ ਬੱਚੀ ਨੂੰ ਆਪਦੇ ਨੂੰ ਕਿਸੇ ਟੌਪ ਤੇ ਲਿਜਾਣ, ਕੀ ਬਣਨਾ ਦੇਖਣਾ ਚਾਹੁੰਦੇ? ਸਰ ਮੇਰਾ ਬਹੁਤ ਵੱਡਾ ਸੁਪਨਾ, ਬਸ ਮੇਰੇ ਦਿਲ ਦੀ ਇੱਛਾ ਕਿ ਮੈਂ ਆਪਦੀ ਬੱਚੀ ਨੂੰ IAS ਜਾਂ IPS ਬਣਨਾ ਦੇਖਣਾ ਚਾਹੁੰਦਾ ਜੀ। ਬਹੁਤ ਵੱਡੀ ਖੁਆਇਸ਼ ਆ ਮੇਰੇ ਦਿਲ ਦੀ ਇਹ ਕਿ ਮੇਰੀ ਬੱਚੀ ਕੁਛ ਬਣੇ, ਬਸ ਮੈਂ ਇਹਨਾਂ ਨੂੰ ਇਹੀ ਕਹਿੰਦਾ ਹੁੰਦਾ ਬੇਟਾ, ਬਸ ਵੀ ਉੱਤੇ ਨੂੰ ਜਾਣਾ, ਥੱਲੇ ਨਹੀਂ ਮੁੜ ਕੇ ਦੇਖਣਾ, ਪਰਮਾਤਮਾ ਨੂੰ ਕਹਿਣਾ ਬਸ ਵੀ ਪਰਮਾਤਮਾ ਸਾਥ ਦਿਓ, ਸਾਡਾ ਤਾਂ ਕੁਛ ਬਣਨਾ ਚਾਹੁੰਦੇ ਹਾਂ। ਬੇਟੀਆਂ ਨੂੰ ਪੜ੍ਹਾਉਣ ਲਈ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਤੁਸੀਂ? ਬਸ ਸਰ ਮੈਂ ਸ਼ੁਰੂ 'ਚ ਮਿਹਨਤ ਮਜ਼ਦੂਰੀ ਕੀਤੀ ਹੈ ਸਰ, ਬਸ ਸਾਨੂੰ ਇਹ ਵੀ ਸਾਡੇ ਬੱਚੇ ਕੁਛ ਬਣਨ, ਅਸੀਂ ਚਾਹ ਬਣਾ ਕੇ ਜੀ, ਦਿਹਾੜੀਆਂ ਵੀ ਕੀਤੀਆਂ, ਸਾਈਕਲ ਤੇ ਜਾ ਜਾ ਕੇ ਫੇਰੀਆਂ ਵੀ ਲਾਈਆਂ ਸਰ, ਬਹੁਤ ਕੁਛ ਕੀਤਾ ਸਰ, ਸ਼ੈਲਰਾਂ 'ਚ ਵੀ ਡਿਊਟੀਆਂ ਕੀਤੀਆਂ ਹੋਈਆਂ ਜੀ, ਅੱਜ ਫਲ ਮਿਲ ਰਿਹਾ ਜੀ। ਹਾਂਜੀ ਸਰ ਬਿਲਕੁਲ ਜੀ, ਪਰਮਾਤਮਾ ਨੇ ਫਲ ਦਿੱਤਾ ਇਸ ਚੀਜ਼ ਦਾ ਆਪਾਂ ਨੇ, ਬਹੁਤ ਵੱਡਾ ਮਾਨ ਹੋ ਰਿਹਾ ਜੀ ਕਿ ਸਾਡੀ ਮਿਹਨਤ ਸਫਲ ਹੋ ਗਈ ਜੀ, ਜਿਹੜੀ ਮਿਹਨਤ ਅਸੀਂ ਕੀਤੀ ਸੀ। ਬੇਟਾ ਕੀ ਨਾਮ ਤੁਹਾਡਾ? ਮੇਰਾ ਨਾਮ ਸੀਆ। ਸੀਆ, ਕੀ ਬੇਟਾ ਕਿਸ ਤਰ੍ਹਾਂ ਦੀ ਉਪਲਬਧੀ ਹਾਸਲ ਕੀਤੀ ਹੈ? ਮੈਂ ਪੂਰੇ ਫਰੀਦਕੋਟ ਡਿਸਟ੍ਰਿਕਟ 'ਚੋਂ ਫਸਟ ਰੈਂਕ ਹਾਸਲ ਕੀਤਾ ਹੈਗਾ, ਫਸਟ ਪੋਜੀਸ਼ਨ ਆਈ ਹੈ ਮੇਰੀ ਪਲੱਸ 2 ਕਲਾਸ 'ਚ। ਸਕੂਲ 'ਚੋਂ? ਸਕੂਲ 'ਚੋਂ ਵੀ ਫਸਟ 'ਚ ਆਈ ਹੈ। ਕਿਸ ਤਰ੍ਹਾਂ ਦੀ ਪੜ੍ਹਾਈ ਕੀਤੀ ਫਿਰ ਹੁਣ ਤੱਕ? ਮੈਂ ਸੈਲਫ ਸਟੱਡੀ ਕੀਤੀ ਹੈ ਹਮੇਸ਼ਾ ਤੋਂ ਹੀ, ਖੁਦ ਹੀ ਪੜ੍ਹਿਆ ਹੈਗਾ ਘਰੀ। ਕੀ ਬਣਨਾ ਕੀ ਚਾਹੁੰਦੇ ਹੋ? ਜਿਵੇਂ ਇਹਨਾਂ ਦੀ ਮੇਰੇ ਪੇਰੈਂਟਸ ਦੀ ਇੱਛਾ ਹੈਗੀ ਆ, ਉਸੇ ਤੇ ਅੱਗੇ ਅਮਲ ਕਰਨਾ ਚਾਹੁੰਦੀ ਹਾਂ। IAS IPS ਇਹਨਾਂ ਦੀ ਇੱਛਾ, ਮੇਰੀ ਇੱਛਾ। ਤੁਹਾਡੀ ਸਿਸਟਰ ਨੇ ਵੀ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ? ਹਾਂਜੀ, ਉਹ ਉਹਦੇ 8th ਕਲਾਸ ਤੋਂ 92% ਆਏ ਉਹਦੇ, ਤੇ ਅੱਜ ਬੇਟੀ ਨੂੰ ਬੇਟਾ ਹੋਣ ਦਾ ਮਾਣ ਹੈਗਾ ਵੀ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ। ਹਾਂਜੀ ਹੈਗਾ। ਸਾਨੂੰ ਬਹੁਤ ਖੁਸ਼ੀ ਆ, ਸਾਨੂੰ ਸਾਡੇ ਜਿਹੜੇ ਹਾਸੂ ਨੀ ਰੁਕ ਰਹੇ ਖੁਸ਼ੀ,
ਇੱਕ ਦਾਦੇ ਲਈ ਪੋਤੇ ਲਈ ਤੇ ਬਹੁਤ ਵੱਡੀ ਯਾਰੀ ਹੁੰਦੀ ਹੈ। ਉਹ ਤਾਂ ਹੈ ਹੀ ਬਹੁਤ ਵੱਡਾ ਬੱਚਾ ਨਾ, ਹੁਣ ਇੱਥੋਂ ਫਾਟਕ ਤੋਂ ਲੈ ਕੇ ਇੱਧਰੋਂ ਪੁੱਛ ਲਓ ਸਾਡੇ ਨਾਂ ਤੇ ਸਾਰੇ ਆ ਰਹੇ ਆ ਘਰੇ, ਮਾਂ ਪਿਓ ਦੇ ਨਾਂ ਦਾ ਨੀ ਉਹਨਾਂ ਨੂੰ ਪਤਾ ਗਾ, ਉਹ ਦਰਸ਼ੀ ਦੀ ਪੋਤਰੀ ਦਰਸ਼ੀ ਦੀ ਪੋਤਰੀ ਐ ਕਹਿ ਕੇ ਪੁੱਛ ਰਹੇ ਹੈਗੇ ਆ ਕੇ। ਇਸ ਬੱਚੀ ਨੇ ਸਾਡਾ ਇੰਨਾ ਮਾਣ ਵਧਾਤਾ ਕਿ ਸਾਰੇ ਰਿਸ਼ਤੇਦਾਰ ਅਤੇ ਸਾਡੇ ਖਾਨਦਾਨ ਦੇ ਵਿੱਚੋਂ ਨਾਂ ਉੱਚਾ ਕਰਤਾ। ਦੋਨੇ ਪੋਤਰੀਆਂ ਨੇ ਬਹੁਤ ਵੱਡੀ, ਬਹੁਤ ਵਧੀਆ ਜੀ, ਬਹੁਤ ਹੀ ਵਧੀਆ। ਸਾਨੂੰ ਉਮੀਦ ਹੀ ਨਹੀਂ ਸੀ ਇਹਨਾਂ ਦੀ, ਅਸੀਂ ਤਾਂ ਇਹਨਾਂ ਨੂੰ ਗੁੱਸੇ ਹੁੰਦੇ ਸੀਗੇ, ਪਰ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ ਇੰਨਾ ਕੁਛ ਕਰਕੇ ਦਿਖਾ ਦੇਣਾ ਸਾਨੂੰ। ਬੇਟੀ ਹੁੰਦਾ ਮਾਣ ਮਹਿਸੂਸ ਕਰਦੇ? ਬਹੁਤ ਜ਼ਿਆਦਾ ਜੀ, ਬਹੁਤ। ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹਨਾਂ ਨੂੰ ਬੇਟੀ ਨਹੀਂ, ਮੈਂ ਤਾਂ ਬੇਟੇ ਸਮਝਦਾ ਜੀ। ਪੁੱਛੋ ਕਿ ਬੱਚਿਆਂ ਨੂੰ ਮੈਂ ਆਪਦੇ ਬੇਟੇ ਸਮਝਦਾ, ਕਿ ਜਿਹੜਾ ਪਹਿਲਾ ਬੱਚਾ ਜੇ ਕੁੜੀ ਹੈ ਨਾ, ਉਹ ਮੁੰਡਿਆਂ ਨਾਲੋਂ ਜ਼ਿਆਦਾ ਪਿਆਰ ਹੁੰਦਾ ਹੁੰਦਾ, ਕਿ ਇਸ ਦਾ ਮੇਰਾ ਸਾਰਾ ਨਾਲ ਜ਼ਿਆਦਾ ਪਿਆਰ ਹੈ। ਦਾਦਾ ਕੀ ਬਣਨਾ ਵੇਖਣਾ ਚਾਹੁੰਦਾ? ਮੈਂ ਇਸ ਨੂੰ ਕੋਈ ਨਾ ਕੋਈ ਕਰਾਊਂਗਾ ਜੀ, ਜਿੰਨੀ ਤੇ ਕਰਮਾਂ ਪਿਓ ਦੀ ਇੰਨੀ ਹਿੰਮਤ ਹੈ, ਪੁਰਾਣ ਉਦੋਂ ਅੱਗੇ ਮੈਂ ਕਰੂੰਗਾ ਜੀ।